ਕੈਸ਼ ਲੈ ਕੇ ਜਾ ਰਹੇ ਇੱਕ ਪੈਟਰੋਲ ਪੰਪ ਦੇ ਕਰਿੰਦੇ ਦੇ ਕੋਲੋਂ ₹5 ਲੱਖ ਦੀ ਲੁੱਟ ਕੀਤੀ ਗਈ ਹੈ ਤਾਂ ਅੱਜ ਸਵੇਰੇ ਦਿਨ ਦਿਹਾੜੇ ਸ਼ਰੇਆਮ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਦੱਸ ਦਈਏ ਕਿ ਜਦੋਂ ਇੱਕ ਕਰਿੰਦਾ ਰਿਲਾਇੰਸ ਪੈਟਰੋਲ ਪੰਪ ਤੋਂ ₹5 ਲੱਖ ਦੀ ਕੈਸ਼ ਪੇਮੈਂਟ ਲੈ ਕੇ ਦੂਸਰੇ ਪੈਟਰੋਲ ਪੰਪ ਦੇ ਬੈਗ ਦੇ ਵਿੱਚ ਪਾ ਕੇ ਪੈਸੇ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਕਰੀਬ 5 ਲੁਟੇਰਿਆਂ ਦੇ ਵੱਲੋਂ ਇਸਦਾ ਰਾਹ ਰੋਕਿਆ ਗਿਆ। ਪਹਿਲਾਂ ਇਸ ਦੇ ਨਾਲ ਕੁੱਟਮਾਰ ਕੀਤੀ ਗਈ ਅਤੇ ਇਸ ਦੇ ਕੋਲੋਂ ਪੈਸਿਆਂ ਦੇ ਨਾਲ ਭਰਿਆ ਹੋਇਆ ਬੈਗ ਖੋਹ ਲਿਆ। ਹਾਲਾਂਕਿ ਜੋ ਕਰਿੰਦਾ ਸੀ ਉਸਨੇ ਭੱਜ ਕੇ ਖੇਤਾਂ ਦੇ ਵਿੱਚ ਆਪਣੀ ਜਾਨ ਬਚਾਈ ਹੈ। ਤਾਂ ਬਠਿੰਡਾ ਤੋਂ ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਪੈਟਰੋਲ ਪੰਪ ਦੇ ਕਰਿੰਦੇ ਦੇ ਕੋਲੋਂ ₹5 ਲੱਖ ਦੀ ਲੁੱਟ ਕੀਤੀ ਗਈ ਹੈ ਅਤੇ ਜੋ ਕਰਿੰਦਾ ਉਸਨੇ ਖੇਤਾਂ ਦੇ ਵਿੱਚ ਭੱਜ ਕੇ ਆਪਣੀ ਜਾਨ ਬਚਾਈ ਹੈ। ਹਾਲਾਂਕਿ ਖੇਤਾਂ ਦੇ ਕੋਲ ਇਹ ਸਾਰਾ ਮਾਮਲਾ ਸਾਹਮਣੇ ਆਇਆ। ਹਾਲਾਂਕਿ ਮੌਕੇ ਦੇ ਉੱਤੇ ਹੁਣ ਪੁਲਿਸ ਪਹੁੰਚੀ ਹੈ ਅਤੇ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਉਹਨਾਂ ਨੂੰ ਵੱਡੀ ਲੀਡ ਜੋ ਹੈ ਇਸ ਮਾਮਲੇ ਦੇ ਵਿੱਚ ਮਿਲ ਚੁੱਕੀ ਹੈ ਅਤੇ ਜਲਦ ਹੀ ਸਾਰੇ ਲੁਟੇਰੇ ਟਰੇਸ ਕਰ ਲਏ ਜਾਣਗੇ, ਗ੍ਰਿਫਤਾਰ ਕਰ ਲਏ ਜਾਣਗੇ। ਤਾਂ ਪੁਲਿਸ ਦੇ ਵੱਲੋਂ ਵੀ ਵੱਡਾ ਦਾਅਵਾ ਕੀਤਾ ਜਾ ਰਿਹਾ। ਤਾਂ ਬਠਿੰਡਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਪੈਟਰੋਲ ਪੰਪ ਦੇ ਕਰਿੰਦੇ ਦੇ ਕੋਲੋਂ ₹5 ਲੱਖ ਦੀ ਲੁੱਟ ਕੀਤੀ ਗਈ ਹੈ ਅਤੇ ਵਾਰਦਾਤ ਅੱਜ ਸਵੇਰੇ 10 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ। ਤਾਂ ਬਠਿੰਡਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਪੈਟਰੋਲ ਪੰਪ ਦੇ ਕਰਿੰਦੇ ਦੇ ਕੋਲੋਂ ₹5 ਲੱਖ ਦੀ ਲੁੱਟ ਕੀਤੀ ਗਈ ਹੈ। ਦਰਅਸਲ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਜਦੋਂ ਪੈਟਰੋਲ ਪੰਪ ਦਾ ਕਰਿੰਦਾ ਇੱਕ ਪੈਟਰੋਲ ਪੰਪ ਤੋਂ ਦੂਸਰੇ ਪੈਟਰੋਲ ਪੰਪ 'ਤੇ ਜਾ ਰਿਹਾ ਸੀ ਤਾਂ ਰਾਹ ਦੇ ਵਿੱਚ ਉਸਨੂੰ ਘੇਰਾ ਪਾਇਆ ਜਾਂਦਾ। ਘੇਰਾ ਪਾ ਕੇ ਹਥਿਆਰਾਂ ਦੇ ਦਮ 'ਤੇ ਪਹਿਲਾਂ ਤਾਂ ਉਸਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਜੋ ਕਰਿੰਦਾ ਡਰ ਕੇ ਬੈਗ ਛੱਡ ਕੇ ਉੱਥੋਂ ਮੌਕੇ ਤੋਂ ਫਰਾਰ ਹੋ ਜਾਂਦਾ ਆਪਣੀ ਜਾਨ ਬਚਾਉਣ ਦੇ ਲਈ ਅਤੇ ਜੋ ਲੁਟੇਰੇ ਨੇ ਉਹ ਸਾਰਾ ਹੀ ਕੈਸ਼ ਲੁੱਟ ਕੇ ਫਰਾਰ ਹੋਏ ਨੇ ਅਤੇ ਪੁਲਿਸ ਨੂੰ ਹੁਣ ਇਸਦੀ ਜਾਣਕਾਰੀ ਦਿੱਤੀ ਹੈ। ਪੁਲਿਸ ਆਲੇ ਦੁਆਲੇ ਲੱਗੀ CCTV ਫੁਟੇਜ ਖੰਗਾਲ ਰਹੀ ਹੈ। ਉੱਥੇ ਪੁਲਿਸ ਦੇ ਲਈ ਵੀ ਇਹ ਹੁਣ ਚੁਣੌਤੀਪੂਰਨ ਬਣਦਾ ਜਾ ਰਿਹਾ ਕਿਉਂਕਿ ਨਾ ਤਾਂ ਪੁਲਿਸ ਦੇ ਕੋਲ ਕੋਈ ਆਲੇ ਦੁਆਲੇ ਦੀ CCTV ਆ। ਫਿਲਹਾਲ ਰਸਤੇ ਦੇ ਵਿੱਚ ਜੋ ਲੋਕੇਸ਼ਨਸ ਨੇ ਉਹਨਾਂ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਹਾਲਾਂਕਿ ਪੁਲਿਸ ਅਫਸਰਾਂ ਦਾ ਦਾਅਵਾ ਹੈ ਕਿ ਜੋ ਪਹਿਲੀ ਲੀਡ ਹੈ ਉਹਨਾਂ ਨੂੰ ਮਿਲ ਚੁੱਕੀ ਹੈ ਅਤੇ ਜਲਦ ਹੀ ਇਹ ਲੁਟੇਰੇ ਕਾਬੂ ਕਰ ਲਏ ਜਾਣਗੇ। ਕੈਸ਼ ਲੈ ਕੇ ਜਾ ਰਹੇ ਇੱਕ ਪੈਟਰੋਲ ਪੰਪ ਦੇ ਕਰਿੰਦੇ ਦੇ ਕੋਲੋਂ ₹5 ਲੱਖ ਦੀ ਲੁੱਟ ਕੀਤੀ ਗਈ ਹੈ ਤਾਂ ਅੱਜ ਸਵੇਰੇ ਦਿਨ ਦਿਹਾੜੇ ਸ਼ਰੇਆਮ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਾਂ ਦੱਸ ਦਈਏ ਕਿ ਜਦੋਂ ਇੱਕ ਕਰਿੰਦਾ ਰਿਲਾਇੰਸ ਪੈਟਰੋਲ ਪੰਪ ਤੋਂ ₹5 ਲੱਖ ਦੀ ਕੈਸ਼ ਪੇਮੈਂਟ ਲੈ ਕੇ ਦੂਸਰੇ ਪੈਟਰੋਲ ਪੰਪ ਦੇ ਬੈਗ ਦੇ ਵਿੱਚ ਪਾ ਕੇ ਪੈਸੇ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਕਰੀਬ 5 ਲੁਟੇਰਿਆਂ ਦੇ ਵੱਲੋਂ ਇਸਦਾ ਰਾਹ ਰੋਕਿਆ ਗਿਆ। ਪਹਿਲਾਂ ਇਸ ਦੇ ਨਾਲ ਕੁੱਟਮਾਰ ਕੀਤੀ ਗਈ ਅਤੇ ਇਸ ਦੇ ਕੋਲੋਂ ਪੈਸਿਆਂ ਦੇ ਨਾਲ ਭਰਿਆ ਹੋਇਆ ਬੈਗ ਖੋਹ ਲਿਆ। ਹਾਲਾਂਕਿ ਜੋ ਕਰਿੰਦਾ ਸੀ ਉਸਨੇ ਭੱਜ ਕੇ ਖੇਤਾਂ ਦੇ ਵਿੱਚ ਆਪਣੀ ਜਾਨ ਬਚਾਈ ਹੈ। ਤਾਂ ਬਠਿੰਡਾ ਤੋਂ ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਪੈਟਰੋਲ ਪੰਪ ਦੇ ਕਰਿੰਦੇ ਦੇ ਕੋਲੋਂ ₹5 ਲੱਖ ਦੀ ਲੁੱਟ ਕੀਤੀ ਗਈ ਹੈ ਅਤੇ ਜੋ ਕਰਿੰਦਾ ਉਸਨੇ ਖੇਤਾਂ ਦੇ ਵਿੱਚ ਭੱਜ ਕੇ ਆਪਣੀ ਜਾਨ ਬਚਾਈ ਹੈ। ਹਾਲਾਂਕਿ ਖੇਤਾਂ ਦੇ ਕੋਲ ਇਹ ਸਾਰਾ ਮਾਮਲਾ ਸਾਹਮਣੇ ਆਇਆ। ਹਾਲਾਂਕਿ ਮੌਕੇ ਦੇ ਉੱਤੇ ਹੁਣ ਪੁਲਿਸ ਪਹੁੰਚੀ ਹੈ ਅਤੇ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਉਹਨਾਂ ਨੂੰ ਵੱਡੀ ਲੀਡ ਜੋ ਹੈ ਇਸ ਮਾਮਲੇ ਦੇ ਵਿੱਚ ਮਿਲ ਚੁੱਕੀ ਹੈ ਅਤੇ ਜਲਦ ਹੀ ਸਾਰੇ ਲੁਟੇਰੇ ਟਰੇਸ ਕਰ ਲਏ ਜਾਣਗੇ, ਗ੍ਰਿਫਤਾਰ ਕਰ ਲਏ ਜਾਣਗੇ। ਤਾਂ ਪੁਲਿਸ ਦੇ ਵੱਲੋਂ ਵੀ ਵੱਡਾ ਦਾਅਵਾ ਕੀਤਾ ਜਾ ਰਿਹਾ। ਤਾਂ ਬਠਿੰਡਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਪੈਟਰੋਲ ਪੰਪ ਦੇ ਕਰਿੰਦੇ ਦੇ ਕੋਲੋਂ ₹5 ਲੱਖ ਦੀ ਲੁੱਟ ਕੀਤੀ ਗਈ ਹੈ ਅਤੇ ਵਾਰਦਾਤ ਅੱਜ ਸਵੇਰੇ 10 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ। ਤਾਂ ਬਠਿੰਡਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਪੈਟਰੋਲ ਪੰਪ ਦੇ ਕਰਿੰਦੇ ਦੇ ਕੋਲੋਂ ₹5 ਲੱਖ ਦੀ ਲੁੱਟ ਕੀਤੀ ਗਈ ਹੈ। ਦਰਅਸਲ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਜਦੋਂ ਪੈਟਰੋਲ ਪੰਪ ਦਾ ਕਰਿੰਦਾ ਇੱਕ ਪੈਟਰੋਲ ਪੰਪ ਤੋਂ
ਦੂਸਰੇ ਪੈਟਰੋਲ ਪੰਪ 'ਤੇ ਜਾ ਰਿਹਾ ਸੀ ਤਾਂ ਰਾਹ ਦੇ ਵਿੱਚ ਉਸਨੂੰ ਘੇਰਾ ਪਾਇਆ ਜਾਂਦਾ, ਘੇਰਾ ਪਾ ਕੇ ਹਥਿਆਰਾਂ ਦੇ ਦਮ 'ਤੇ ਪਹਿਲਾਂ ਤਾਂ ਉਸਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਜੋ ਕਰਿੰਦਾ ਡਰ ਕੇ ਬੈਗ ਛੱਡ ਕੇ ਉੱਥੋਂ ਮੌਕੇ ਤੋਂ ਫਰਾਰ ਹੋ ਜਾਂਦਾ ਆਪਣੀ ਜਾਨ ਬਚਾਉਣ ਦੇ ਲਈ, ਅਤੇ ਜੋ ਲੁਟੇਰੇ ਨੇ ਉਹ ਸਾਰਾ ਹੀ ਕੈਸ਼ ਲੁੱਟ ਕੇ ਫਰਾਰ ਹੋਏ ਨੇ ਅਤੇ ਪੁਲਿਸ ਨੂੰ ਹੁਣ ਇਸ ਦੀ ਜਾਣਕਾਰੀ ਦਿੱਤੀ ਹੈ। ਪੁਲਿਸ ਆਲੇ ਦੁਆਲੇ ਲੱਗੀ CCTV ਫੁਟੇਜ ਖੰਗਾਲ ਰਹੀ ਹੈ। ਉੱਥੇ ਪੁਲਿਸ ਦੇ ਲਈ ਵੀ ਇਹ ਹੁਣ ਚੁਣੌਤੀਪੂਰਨ ਬਣਦਾ ਜਾ ਰਿਹਾ, ਕਿਉਂਕਿ ਨਾ ਤਾਂ ਪੁਲਿਸ ਦੇ ਕੋਲ ਕੋਈ ਆਲੇ ਦੁਆਲੇ ਦੀ CCTV ਆ। ਫਿਲਹਾਲ ਰਸਤੇ ਦੇ ਵਿੱਚ ਜੋ ਲੋਕੇਸ਼ਨਸ ਨੇ ਉਹਨਾਂ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਹਾਲਾਂਕਿ ਪੁਲਿਸ ਅਫਸਰਾਂ ਦਾ ਦਾਅਵਾ ਹੈ ਕਿ ਜੋ ਪਹਿਲੀ ਲੀਡ ਹੈ ਉਹਨਾਂ ਨੂੰ ਮਿਲ ਚੁੱਕੀ ਹੈ ਅਤੇ ਜਲਦ ਹੀ ਇਹ ਲੁਟੇਰੇ ਕਾਬੂ ਕਰ ਲਏ ਜਾਣਗੇ। ਮੈਂ ਜੋਧਪੁਰ ਪੰਪ ਤੋਂ ਲੈ ਕੇ ਆਇਆ ਸੀ, ਜੱਸੀ ਪੰਪ 'ਤੇ ਚੱਲਿਆ ਸੀਗਾ ਜੀ, ਅਤੇ ਰਸਤੇ 'ਚ ਜੋਧਪੁਰ ਤੋਂ ਜੱਸੀ ਨੂੰ ਜਾਂਦੇ ਹਾਂ, ਰਸਤੇ 'ਚ 5 ਬੰਦੇ ਸੀ, ਉਹਨਾਂ ਨੇ ਮੇਰੇ 'ਤੇ ਹਮਲਾ ਕਰ ਦਿੱਤਾ ਅਤੇ ਕੈਸ਼ ਬੈਕ ਹੋ ਕੇ ਲੈ ਗਏ। ਕੁੱਟਮਾਰ ਵੀ ਤੁਹਾਡੇ ਹਮਲਾ ਕੀਤਾ? ਹਾਂਜੀ, ਮੇਰੇ ਢੂਈ 'ਚ ਉਹਨਾਂ ਨੇ ਰਾੜ ਮਾਰੇ ਜੀ। ਹਾਂਜੀ, ਅਤੇ ਕਿੱਥੋਂ ਲੈ ਕੇ ਆਇਆ ਸੀ, ਕਿੱਥੇ ਲੈ ਕੇ ਜਾਣਾ ਸੀ? ਮੈਂ ਜੋਧਪੁਰ ਰਮਾਣੇ ਤੋਂ ਲੈ ਕੇ ਆਇਆ ਸੀ ਪੰਪ ਤੋਂ, ਔਰ ਜੱਸੀ ਚੌਕ ਤੋਂ ਲੈ ਕੇ ਜਾਣਾ ਸੀ। ਸ਼ੱਕ ਬ੍ਰਦਰ ਕਿਸ ਕੇ ਹੋਏ? ਨਹੀਂ, ਕਿਸੇ ਦੇ ਕੋਲ। ਕੈਸ਼ ਕਿੰਨਾ ਸੀ? 5 ਲੱਖ ਰੁਪਏ ਸੀ। ਥਾਣਾ ਸਦਰ ਦੇ ਵਿੱਚ ਘਟਨਾ ਹੋਈ ਸੀ ਲੁੱਟ ਦੀ, ਇਹਦੇ ਸੰਬੰਧੀ ਕੰਟਰੋਲ ਰੂਮ ਤੋਂ ਇਤਲਾਹ ਆਈ ਸੀ, ਜੇ ਤਾਂ ਮੈਂ DSP ਸਦਰ ਬਠਿੰਡਾ ਮੈਡਮ ਹਿੰਦਾ ਜੀ ਵੀ ਆ ਗਏ ਸੀਗੇ, ਹੋਰ ਟੀਮਾਂ ਵੀ ਸਾਡੀ CA ਦੀ ਆ ਗਈਆਂ। ਮੌਕੇ 'ਤੇ ਜਿਸ ਬੰਦੇ ਨਾਲ ਖੂਹ ਹੋਈ ਆ ਤਲਜਿੰਦਰ ਸਿੰਘ ਜੋ ਰਿਲਾਇੰਸ ਜੀਓ ਪੰਪ 'ਤੇ ਲੱਗਿਆ, ਉਹ ਵੀ ਸਾਨੂੰ ਮਿਲ ਗਿਆ। 5 ਬੰਦੇ ਸੀਗੇ ਜੋ ਹੁਣ ਤੱਕ ਦੀ ਤਫਤੀਸ਼ 'ਚ ਸਪਸ਼ਟ ਹੋਇਆ ਵਾ, 2 ਇੱਕ ਗਰੁੱਪ 'ਚ ਖੜੇ ਸੀ, 3 ਇੱਕ ਗਰੁੱਪ 'ਚ ਖੜੇ ਸੀਗੇ। ਇਹਦੇ ਕੋਲ ਕੈਸ਼ ਵਾਲਾ ਬੈਗ ਸੀਗਾ ਜਿਹ 'ਚ ਕਰੀਬ 5 ਲੱਖ ਰੁਪਈਆ ਕਹਿ ਰਿਹਾ ਸੀਗਾ, ਲੁੱਟ ਕੇ ਲੈ ਗਏ। ਜਿਹੜੇ ਦੋਸ਼ੀਆਂ ਕੋਲ ਇੱਕ ਲੋਹਾ ਪੈਪ ਰਾੜ ਸੀਗਾ ਅਤੇ ਇੱਕ ਕਣ ਕਹਿ ਰਿਹਾ ਇਹ, ਜਿਹੜਾ ਇਹ 'ਤੇ ਮਾਰਿਆ ਅਤੇ ਮੋਟਰਸਾਈਕਲ ਦਾ ਫਰੰਟ ਵਾਲਾ ਜਿਹੜਾ ਹੁੰਦਾ ਸ਼ੀਸ਼ਾ ਟੁੱਟਿਆ ਵਾ। ਫੈਰਿੰਗ ਵਾਲੀ ਕੋਈ ਘਟਨਾ ਨਹੀਂ ਹੋਈ ਹੈ। ਤਲਜਿੰਦਰ ਸਿੰਘ ਮਦਈ ਸਾਡਾ ਮੌਕੇ 'ਤੇ ਖੜਾ ਅਤੇ ਹੋਰ ਵੀ ਜਿਹੜੇ ਨੇੜੇ ਤੇੜੇ ਖੇਤਾਂ 'ਚ ਕੰਮ ਕਰਨ ਵਾਲੇ ਆ ਉਹ ਵੀ ਸਾਡੇ ਖੜੇ ਆ। ਕੋਈ ਗੋਲੀ ਗਾਲੀ ਵਾਲੀ ਕੋਈ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੈਗੀ। ਕੀ ਉਮੀਦ ਕਰਦੇ ਹੋ ਕਦੋਂ ਤੱਕ ਟਰੇਸ ਹੋ ਜੂਗੀ? ਇਹਨੂੰ ਅਸੀਂ ਜਲਦੀ ਕਰ ਲਾਂਗੇ ਟਰੇਸ, ਜਿੰਨੀ ਜਲਦੀ ਹੋ ਸਕੇ ਉਹ ਤੋਂ ਜਲਦੀ 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 ਕਰ ਲਾਂਗੇ। ਬੰਦੇ ਜਿਪਸਾ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹੁਣ ਤੱਕ ਦੀ ਤਫਤੀਸ਼ 5 ਬੰਦੇ ਆਏ ਜੀ, 5 ਬੰਦੇ ਆਏ ਨੇ ਅਤੇ ਉਹ ਅਸੀਂ ਕਲੀਅਰ ਕਰ ਲਾਂਗੇ ਜਲਦੀ। ਕਿੰਨਾ ਅਮਾਊਂਟ ਕਿੱਥੇ ਲੈ ਕੇ ਜਾ ਰਹੀ ਸਰ? ਇਹ 5 ਲੱਖ ਰੁਪਇਆ ਸੀਗਾ, 2 ਪੈਟਰੋਲ ਪੰਪ ਨੇ, 1 ਪੰਪ ਤੋਂ ਦੂਜੇ ਪੰਪ 'ਤੇ ਜਾ ਰਿਹਾ ਸੀਗਾ, ਫਾਟਕਾਂ ਤੋਂ ਪਹਿਲੇ ਇਹ ਵਾਰਦਾਤ ਹੋਈ ਆ।